रोड पर उस समय एक हादसा हो गया जब एक तेज रफ्तार बस दुकानों में जा घुसी और एक व्यक्ति को अपनी चपेट में ले लिया। जानकारी देते हुए बस में सवार एक औरत ने बताया कि बस फरीदकोट से अमृतसर को जा रही थी और बस का कंडक्टर ड्राइवर को बार बार तेज रफ्तार से बस चलाने के लिए बोल रहा था क्योंकि बस का जीरा पहुंचने का टाइम निकलता जा रहा था। तो ड्राइवर ने बस बहुत तेज रफ्तार से चलाई और जब बस तलवंडी रोड पर पहुंची तो बस बेकाबू होकर दुकानों में जा घुसी। इस हादसे में एक दुकानदार जो अपनी दुकान के आगे काम कर रहा था वो बस की चपेट में आ गया और गंभीर रूप से जख्मी हो गया जिसको तुरंत फरीदकोट मेडिकल अस्पताल भेजा गया है। ਮੇਰਾ ਨਾਮ ਹਰਜਿੰਦਰ ਕੌਰ ਹੈ। ਕਿੱਥੋਂ ਦੇ ਰਹਿਣ ਵਾਲੇ? ਪਿੰਡ ਗੈਲਾ ਜੀ ਸਾਡਾ। ਇਹ ਬੱਸ ਕਿੱਥੋਂ ਕਿੱਥੇ ਜਾ ਰਹੀ ਹੈ? ਅਸੀਂ ਜੀ ਮੋਦਕੀ ਤੋਂ ਆ ਕੇ ਚੜਦੇ ਆ ਗੈਲ ਪਿੰਡ ਤੋਂ ਆ ਕੇ ਮੋਦਕੀ ਤੋਂ ਆ ਕੇ ਅਸੀਂ ਚੜਦੇ ਆ। ਬੱਸ ਯਾਰ ਬੱਸ ਉੱਥੇ ਜੀ ਜਦੋਂ ਅਸੀਂ ਮੋਦਕੀ ਅੱਡੇ ਤੋਂ ਬੱਸ ਇਹ ਫੜੀ ਆ। ਅੱਛਾ। ਫੜੀ ਆ ਜੀ ਉੱਥੋਂ ਹੀ ਜਿਉਂ ਅੱਡੇ ਤੋਂ ਅਸੀਂ ਬੈਠੇ ਆ ਮੂਹਰਲੀ ਸੀਟ ਤੇ ਅਸੀਂ ਬੈਠੇ ਆ। ਪਹਿਲਾਂ ਵੱਡੇ ਸ਼ੀਸ਼ੇ ਨਾਲ ਬੇਟੀ ਬੈਠੀ ਆ ਇਹਦੇ ਨਾਲ ਮੈਂ ਬੈਠੀ ਆ। ਉਹ ਤੋਂ ਨਾਲ ਸਾਡੇ ਇੱਕ ਗੁੜੀਆ ਹੋਰ ਸੀ ਵਿਚਾਰੀ ਬੈਠੀ ਸੀਗੀ ਬੈਠੀ ਸੀ ਉੱਥੋਂ ਜੀ ਨਾਲ ਇੱਕ ਮੁੰਡਾ ਸੀਟ ਤੇ ਬੈਠਾ ਨਾਲ ਕਨੈਕਟਰ ਹੋਇਆ ਕੀ ਹੋਇਆ ਦਾ ਜੀ ਉਹ ਬੱਸ ਦਾ ਕਹਿੰਦੇ ਸੀ ਵੀ ਸਾਡਾ ਟਾਈਮ ਘੱਟ ਆ ਕਨੈਕਟਰ ਨੂੰ ਕਹੀ ਜਾਂਦੇ ਸੀ ਬੱਸ ਜਿੰਨੀ ਭਜਾਈ ਦੀ ਤੇ ਰਫਤਾਰ ਪੂਰੀ ਲਈ ਚੱਲ ਪੂਰੀ ਰਫਤਾਰ ਦੀ ਉਹ ਉਹਨਾਂ ਨੇ ਡਰਾਈਵਰ ਦਾ ਖੜਾ ਨਹੀਂ ਛੱਡਿਆ ਜਦ ਅਸੀਂ ਫਿਰ ਟੋਲ ਪਿੰਡ ਪਹੁੰਚੇ ਆ ਪਹੁੰਚੇ ਆ ਉੱਥੇ ਆ ਕੇ ਡਰਾਈਵਰ ਨੇ ਇੰਨਾ ਬਿਆਨ ਦਿੱਤਾ ਕਹਿੰਦਾ ਯਾਰ ਇਹ ਬੱਸ ਆ ਭਜਾਈ ਤਾਂ ਹੈ ਨਹੀਂਗਾ ਵੀ ਜਿੰਨੀ ਮੇਰਾ ਜੋਗਾ ਮੈਂ ਬੱਸ ਭਜਾਈ ਜਾਂਦਾ ਤੁਹਾਡੇ ਟਾਈਮ ਤੇ ਬੱਸ ਪਹੁੰਚਾ ਦੂੰਗਾ ਚੱਲ ਜੀ ਅਸੀਂ ਇੱਥੋਂ ਬਾਈਪਾਸ ਤੋਂ ਨੀਚੇ ਉਤਰੇ ਆ ਉਤਰੇ ਉਦੋਂ ਵੀ ਬੱਸ ਮੋੜਨ ਲੱਗਿਆ ਡੋਲੀ ਜਦੋਂ ਅਸੀਂ ਅੱਗੇ ਹੁਣ ਜਿੱਥੇ ਐਕਸੀਡੈਂਟ ਹੋਇਆ ਇੱਥੇ ਗਾਂ ਖੜੀ ਸੀ ਵਿਚਾਲੇ ਉਹ ਗਾਂ ਨੂੰ ਹਾਰਨ ਦਿੱਤਾ ਗਾਂ ਪਾਸੇ ਹੋਈ ਤੇ ਇਹਨਾਂ ਨੇ ਨਾ ਜੱਕਦਮ ਗਾਂ ਤੋਂ ਵੱਟੀ ਬੱਸ ਜਦੋਂ ਗਾਂ ਤੋਂ ਬੱਸ ਜੱਕ ਤੇਜ ਬੱਸ ਦੀ ਗਾਂ ਤੋਂ ਬੱਸ ਵੱਟੀ ਡਰਾਈਵਰ ਦੇ ਜੀ ਹੱਥ ਛੁੱਟ ਗਏ ਤੇ ਬੱਸ ਹਾਂਜੀ ਡੰਪ ਤੋਂ ਤੇ ਬੱਸ ਅਸੀਂ ਜਮਾ ਮੂਹਰਲੀ ਸੀਟ ਤੇ ਬੈਠੇ ਆ ਸ਼ੀਸ਼ੇ ਨਾਲ ਬੇਟੀ ਬੈਠੀ ਆ ਉਦੋਂ ਨਾਲ ਮੈਂ ਬੈਠੀ ਆ ਬੱਸ ਬੱਸ ਬਾਕੀ ਸਾਰ ਅੱਗ ਲੱਗ ਗਈ ਸੱਤਾ ਜੀ ਇੱਕ ਤਾਂ ਵੀ ਇੱਥੇ ਆ ਤੇ ਇੱਕ ਤੁਹਾਡੇ ਨਾਲ ਹੋਰ ਵੀ ਕਿਸ ਵਾਰੀਆਂ ਗੱਠੀਆਂ जिन्होंने कहने मुताबिक पुलिस की कार्रवाई कर पुलिस कार्रवाई नेक्स्ट कार्रवाई मेरी पूरी होगी ड्राइवर डायरेक्टर में अरेस्ट करके उसके बंदी कार्रवाई में कर एन स्टार न्यूज के लिए फिरोजपुर से सुखचैन सिंह की रिपोर्ट।